ਬਜ਼ੁਰਗੋ, ਇਹ ਤੁਹਾਡਾ ਨਾਂ ਕੀ ਹੈ ਪਹਿਲੇ ਇਹ ਦੱਸੋ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ, ਤੇ ਤੁਹਾਡਾ ਪਿੰਡ ਕਿਹੜਾ ਪਿਛਲਾ? ਅਰਜੇ ਚੱਕ। ਤਹਿਸੀਲ ਗੁਰਦਾਸਪੁਰ, ਜ਼ਿਲ੍ਹਾ ਵੀ ਗੁਰਦਾਸਪੁਰ। ਸ਼ਹਿਰ ਤੋਂ ਕਿੰਨਾ ਕੁ ਹਟਵਾਂ ਸੀ? ਗੁਰਦਾਸਪੁਰ ਨੂੰ ਚਾਰ ਕੁ ਮੀਲ। ਅੱਛਾ, ਤੇ ਨਾਲ ਹੋਰ ਪਿੰਡ ਵੀ ਸੀ ਤੁਹਾਡੀ ਰਾਵਲ ਬਰਾਦਰੀ ਦੇ, ਉਹਨਾਂ ਦੇ ਕੀ ਨਾਂ ਸੀ? ਰਾਵਲ ਪਿੰਡੀ। ਤੇ ਬਾਕੀ ਜਾ ਕੇ ਹੋਰ ਸੀ ਕੋਟਲੀ ਰਾਵਲਾਂ। ਅੱਛਾ, ਉਹ ਦੂਰ ਸੀ। ਅੱਛਾ, ਇਹ ਤੁਹਾਡੀ ਬਰਾਦਰੀ ਸੀ ਇੱਥੇ ਬੈਠੀ? 16 ਮੀਲ। ਤੇ ਉਸ ਵੇਲੇ ਪਿੰਡ ਚ, ਤੁਹਾਡੇ ਪਿੰਡ ਚ ਕਿਹੜੇ ਕਿਹੜੇ ਲੋਕ ਸੀਗੇ, ਕਿਹੜੀਆਂ ਕੌਮਾਂ ਵਸਦੀਆਂ ਸੀ? ਸਾਡੀ ਕੌਮ ਆ ਕੋਈ ਭਾਈ ਕੁਛ। ਅੱਛਾ, ਤੇ ਛੋਟਾ ਜਿਹਾ ਹਿੰਦੂ ਕੋਈ ਨੀ ਸੀ? ਕੋਈ ਨੀ। ਸਿੱਖ ਵੀ? ਕੋਈ ਸਿੱਖ ਨਾ ਹਿੰਦੂ ਨਾ ਵਗੈਰਾ ਆਦਮੀ ਹੈ ਕੋਈ? ਅੱਛਾ, ਇਹੋ ਆਪਣੇ ਕੁਨਬਾ ਸਾਡਾ। ਤੇ ਜਿਹੜੇ ਆਪਣੇ ਚੁਮਾਰ ਕੋਈ ਹੈ ਸੀ? ਕੋਈ ਹੈ ਹੀ ਨੀ ਸੀ ਉੱਥੇ। ਅੱਛਾ, ਤੇ ਤੁਹਾਡੀ ਕਿੰਨੀ ਕੁ ਉਮਰ ਸੀ ਉਦੋਂ? 14-15 ਸਾਲ। 14-15 ਸਾਲ ਸੀ। ਤੇ ਜਦੋਂ ਆਪਣਾ ਜਾੜੇ ਪਏ ਆ, ਪਾਕਿਸਤਾਨ ਬਣਿਆ, ਉਦੋਂ ਤੁਹਾਡੇ ਪਿੰਡ ਚ ਕੀ ਹਾਲਾਤ ਸੀ, ਇਹ ਕੁਛ ਸਾਨੂੰ ਇਹਦੇ ਬਾਰੇ ਗੱਲਬਾਤ ਦੱਸੋ। ਉਦੋਂ ਸਾਡੇ ਪਿੰਡ ਬਿਲਕੁਲ ਤਫਾਵ ਸੀ, ਸਦਾ ਸਰੂਰ ਸੀ, ਸਾਰੇ ਆਪਣੀ ਦੇ ਗੱਲ ਸੀ, ਕੋਈ ਗੱਲ ਨੀ ਸੀ। ਰੌਲਾ ਰੌਲਾ ਪਿਆ ਤੇ ਫੇਰ ਮਜ਼ਾ ਮੰਗਾ ਸੀ, ਏਦਾਂ ਦੀ ਗਦਰ ਪੈ ਗਿਆ ਤੇ ਸਿੱਖ ਨਾ ਪੈ ਜਾਣ ਤੇ ਬੰਦੇ ਫਿਲਮ ਪਹਿਰੇ ਸ਼ਹਿਰੇ ਦੇ ਖਲੋਂਦੇ ਹੁੰਦੇ ਸੀ। ਅੱਛਾ, ਨਾਕੇ ਰੱਖ ਕੇ ਖਤਰਾ ਹੁੰਦਾ ਸੀ ਸਿੱਖਾਂ ਦਾ ਜਸਾ ਨਾ ਆ ਜਾਏ। ਅਸੀਂ ਜਿਹੜੇ ਮੁੰਡੇ ਹੁੰਦੇ ਹਾਂ 5-7 ਸਾਲਾਂ ਕੋਠਿਆ ਕਰਕੇ, ਛੱਤ ਇਕੱਠੀ ਹੁੰਦੀ ਸੀ ਕੋਠਿਆਂ ਦਾ, ਕੋਠਿਆਂ ਦੇ ਜਾਗਦੇ ਜੁਗਦੇ ਰਹਿਣਾ ਤੇ ਉਹਦਾ ਵਗਾਵਾ ਕਰਦਾ ਸਾਡੇ ਕੋਈ। ਅੱਛਾ, ਉਹਦੇ ਸਾਡੇ ਲਾਗੇ ਪਿੰਡ ਦੀ ਰੌਲ ਪਿੰਡੀ ਬੜਾ ਵੱਡਾ ਸੀ। ਇਹ ਆ ਗਏ ਉੱਠ ਕੇ, ਪਰੇ ਉਹ ਪਿੰਡ ਉੱਜੜ ਕੇ ਆਏ ਨੇ। ਸਿੱਖ ਸੀ ਨਾ ਉੱਧਰ ਤੋਂ ਪਏ ਨਾ ਮਾਰਨ ਮੋਰਨ ਉੱਥੇ ਰੌਲ ਪਿੰਡੀ, ਨਹੀਂ ਨਹੀਂ ਪਤਾ ਪੜ ਲਿਆ ਪਿੰਡਾਂ 'ਚ ਝਗੜਾ ਫਸਾਦ। ਅੱਛਾ, ਤੇ ਉੱਠ ਕੇ ਤੁਰ ਪਏ ਵੀ ਆ ਨਹੀਂ ਰਹਿਣਾ, ਸਾਡੇ ਬੰਦੇ ਸਭ ਡਟਿਆ। ਅੱਛਾ, ਤੇ ਰੌਲ ਪਿੰਡੀ ਦੇ ਵੀ ਦੌੜਾ ਹੈ ਵੀ ਜੇ ਜਸਾ ਪੈ ਗਿਆ ਜਸਾ, ਇਹਨਾਂ ਨੂੰ ਡਟਿਆ ਵੀ ਤੁਸੀਂ ਏਦਾਂ ਕਰੋ ਜਾਓ ਨਾ, ਇੱਥੇ ਰਹੋ। ਨਾਲ ਸਾਡੇ ਦਬੂਲੀ ਸੀ ਪਿੰਡ 'ਚ, ਬੜਾ ਵੱਡਾ ਸੀ। ਦਮੂਨੀ? ਦਬੂਲੀ। ਅੱਛਾ, ਦੋ ਪੈ ਗਏ ਵਿਅਕਤੀ ਸੀ ਉਹਨਾਂ ਦਾ। ਸਾਡਾ ਇੱਕ ਸੀ ਵੀ ਜੇ ਤੁਹਾਡੇ ਜਸਾ ਪੈ ਜਾਏ ਤਾਂ ਢੋਲ ਮਾਰਦੇ। ਅੱਛਾ, ਅਸੀਂ ਆ ਜਾਂਦੇ ਤੇ ਜੇ ਸਾਡੇ ਪੈ ਜਾਏ ਤਾਂ ਅਸੀਂ ਢੋਲ ਮਾਰਾਂਗੇ। ਅੱਛਾ, ਤੁਸੀਂ ਆ ਜਾਓ। ਰੌਲ ਪਿੰਡੀ ਦੇ ਹੈਗੇ ਨਾ ਉੱਜੜ ਕੇ ਭਰੇ, ਜਸਾ ਪੈ ਗਿਆ ਜੀ ਸਾਡੇ, ਐਵੇਂ ਝੂਠ ਕੀ ਸੁਣੀ ਸੁਣਾਈ ਬੰਦਿਆਂ ਡੱਗਿਆ ਦਾ ਜਸਾ ਇੱਥੇ ਵੀ ਆਉਣ ਲੱਗਾ। ਚਰਾ ਗੱਲਾਂ ਬਣ ਕੇ ਵੀ ਚਰਾ ਬਣੇ ਨੂੰ ਆਖਿਆ ਢੋਲ ਮਾਰ ਕੇ ਉਸਨੇ ਚੜ ਕੇ ਦਮੂਲੀ ਆ ਗਏ। ਦਰਿਆ ਤੇ ਉੱਥੇ ਕੰਪ ਬੇਰ ਬਾਹਰ ਇਕੱਠਾ ਹੋਇਆ। ਦਰਿਆ ਤੇ ਉੱਥੇ ਕਿਹੜਾ ਦਰਿਆ ਦੇ ਉੱਤੇ ਸੀ ਜਾਂ ਕੋਈ ਆਬਾਦੀ ਸੀ ਪਿੰਡ ਸੀ? ਦਰਿਆ ਦੇ ਉੱਤੇ, ਦਰਿਆ ਬਿਆਸੇ ਤੇ ਨਾ ਰਾਵੀ ਸਾਡਾ ਦਰਿਆ ਰਾਵੀ ਬਿਆਸਾ ਸਾਨੂੰ ਪਰਾ ਰਾਵੀ ਸੀ ਤੁਹਾਡਾ ਬਿਆਸਾ ਪਰਾ ਜਿਹੜਾ ਠੀਕ ਹੈ ਸਾਡਾ ਰਾਵੀ। ਅੱਛਾ, ਉੱਥੇ ਆ ਗਏ ਤੇ ਉੱਥੇ ਆ ਕੇ ਰਾਤ ਕੱਟੀ ਆ। ਹਾਂ, ਅਗਲਾ ਦਿਨ ਹੋਇਆ ਤੇ ਰੰਬੋ ਗਾਣ ਹੋ ਗਿਆ, ਐਜੀ ਗਾਣ ਹੋ ਗਿਆ ਦਰਿਆ ਟਾਕਾ ਮਾਰ ਲਿਆ। ਜਸਾ ਪੈਣ ਸੀ ਰਾਤ ਉੱਥੇ। ਅੱਛਾ, ਹਿੰਦੂਆਂ ਦਾ। ਅੱਛਾ, ਇੱਕ ਐਲਾਨ ਕਰਦਾ ਫਿਰ ਲੋਕੋ ਮੁਸਲਮਾਨੀ ਮਿਲਟਰੀ ਆ ਗਈ ਆ, ਤਿਆਰ ਹੋਏ ਤੇ ਡਰੇ ਹੋਣਾ ਇਹ ਕੁਛ ਨੀ ਤੂੰ ਲੈ ਜਾਓ। ਅੱਛਾ, ਕਰਮਾ ਨੂੰ ਦੱਸਿਆ ਪੜ ਕੇ ਦੱਸ ਉਹਨੂੰ ਪੜਿਆ ਰਾਤ ਵੀ ਢੋ ਬਣਿਆ ਤੇ ਜਿਹਦੇ ਵਿੱਚ ਆ ਗਏ 9-10 ਵਜੇ ਏਦਾਂ ਬੰਦੇ ਧੂ ਧੂ ਬਾਹਰ ਸੁੱਟਣ ਡੇ ਨੇ, ਚਮਕ ਕੇ ਬਾਹਰ ਆ ਗਏ 15-18 ਜੀ ਸਾਡੇ ਪਿੰਡ ਦੇ ਰਹਿੰਦੇ। ਅੱਛਾ, ਤੇ ਉਹਨੇ ਜਿਹੜਾ ਤੜੈਲ ਹੋਣ ਲੱਗ ਪਿਆ
ਅੱਛਾ ਜਿਹੜੇ ਪਰਲੇ ਕਿਨਾਰੇ ਸੀ ਉਧਰ ਕਿੰਨੇ ਕਰਾ ਗਿਆ ਸੀ? 17-18 ਜੀ ਦੇ ਸਾਡੇ ਪਿੰਡ ਦੇ ਰਹਿੰਦੇ। ਅੱਛਾ ਕੋਈ ਤੁਹਾਡਾ ਉਹਨਾਂ ਚੋਂ ਲੱਗਦਾ ਲਾਣਾ ਵੀ ਸਾਰੇ ਲੱਗਦੇ ਸੀ? ਕੋਈ ਉਹਨਾਂ ਦੇ ਨਾਂ ਯਾਦ ਹੈ? ਬੱਚੀਆਂ ਸੀ, ਇੱਕ ਵੱਡੇ ਸੀ, ਇੱਕ ਜੀਜੋ ਸੀ, ਇੱਕ ਦਾ ਨਾਂ ਹਬੀਬ ਸੀ। ਹਾਂ ਦਾਮ ਵਾਲਾ ਪਿਤਾ ਸੀ ਜੀਜੋ। ਤੈਨੂੰ ਤਾਂ ਪਤਾ ਸੀਗੇ ਨੂਰੀ ਰਾਮ ਵਾਲਾ ਦਾ ਸਾਰਾ ਦਾ ਪਿਤਾ ਹਬੀਬ ਸੀ ਜਦੋਂ ਘਰ ਆ ਗਏ। ਇਹਦੀ ਪਾਰ ਹੀ ਰਹਿ ਗਏ ਤੇ ਇੱਕ ਰਫੀਕ ਮੁੰਡਾ ਸੀ, ਉਹ ਵੀ ਜਵਾਨ ਸੀ, ਇਹਨੇ ਅੱਜ ਦਾ ਘਰ ਆ ਗਏ। ਉਹ ਵੀ ਪਾਰ ਹੀ ਸੀ। ਬਾਕੀ ਛੋਟੀਆਂ ਬੱਚੀਆਂ ਦੇ ਬੱਚੇ ਉਹਨਾਂ ਦਾ ਕੋਈ ਪਤਾ ਮਾਰ ਦਿੱਤੇ ਜਾਂ ਉੱਥੇ ਉਹ ਮਾਰਦੇ ਚੜਦੇ ਸੀ ਬੱਚਿਆਂ ਨੂੰ? ਸ਼ਾਇਦ ਬੱਚਿਆਂ ਨੂੰ ਕਹਿੰਦੇ ਵੀ ਉਹ ਲੈ ਜਾਂਦੇ ਸੀ। ਨਹੀਂ, ਛੋਟੀਆਂ ਬੱਚੀਆਂ ਮਾਰ ਦਿੱਤੀ ਉਹਨਾਂ ਤੋਂ, ਉਹ ਮਰਟਰੀ ਆਈ ਸੀ ਨਾਭੇ ਪਟਿਆਲੇ। ਅੱਛਾ, ਇਹ ਰਾਵੀ ਦੇ ਕਿਨਾਰੇ ਦੀ ਗੱਲ ਹੈ? ਉਹ ਨਾਭੇ ਪਟਿਆਲੇ ਉਹ ਆਈ ਮਿਲਟਰੀ ਉਹਨੇ ਮਾਰੇ ਸੀ ਜਿਹੜੀ ਰਿਆਸਤ ਰਿਆਸਤ ਸੰਗੀਤ ਰਿਆਸਤ ਪਟਿਆਲੇ। ਠੀਕ ਹੈ, ਤੇ ਦੁਬਾਰਾ ਕੋਈ ਤੁਹਾਡੇ ਬੰਦੇ ਫਿਰ ਉਧਰ ਗਏ ਨੀ ਵੀ ਆਪਣੇ ਬੰਦਿਆਂ ਨੂੰ ਕੋਈ ਦੇਖਣ ਵੀ ਲਾਸ਼ਾਂ ਦਫਨਾਉਣ? ਨਹੀਂ, ਉਧਰ ਗਏ ਕੋਈ ਫਿਰ ਨਹੀਂ ਗਏ? ਤੇ ਇਹ ਜਿਹੜੇ ਤੁਹਾਨੂੰ ਪਾਰ ਕਰਾਉਂਦੇ ਸੀ ਦਰਿਆ, ਇਹ ਬੰਦੇ ਕਿਹੜੇ ਸੀ? ਆਪਣੇ ਸੀ? ਇੱਥੇ ਸੀ ਲੰਮੇ ਲੰਮੇ ਮੁੰਡੇ, ਸਾਜਾ ਸੀ, ਖੂਹੋ ਦਾ ਸਰੀਰ ਸੀ। ਅੱਛਾ, ਗੇਮਾਂ ਸੀ ਉਹ ਜਿਹੜੇ ਦਲੇ ਵਾਲੇ ਬੈਠੇ ਨੇ, ਇਹੋ ਜਿਹੇ ਚੰਗੇ ਚੰਗੇ ਤਾਕਤ ਵਾਲੇ ਮੁੰਡੇ। ਅੱਛਾ, ਇਹ ਤੁਹਾਡਾ ਦਰਿਆ ਤੋਂ ਤੁਹਾਡਾ ਕੀ ਅੰਦਾਜ਼ਾ ਵੀ ਅਰਜੀਪੁਰਾ ਤੁਹਾਡਾ ਪਿੰਡ ਕਿੰਨਾ ਕੁ ਐਡਵਾਂਸ ਹੈ? ਅੱਜੇ ਚੱਕ? ਹਾਂ, ਅਰਜੇ ਚੱਕ ਇਹੋ ਕੋ 2.5-3 ਮੀਲ ਦਰਿਆ ਤੋਂ ਥੋੜਾ ਜਿਹਾ ਟਮੇ ਸੀ, ਪਰਾਂ ਤੋਂ ਨਹੀਂ ਤਾਂ ਪਰਾਂ ਲੱਗਿਆ ਬਾਰਡਰ ਤੋਂ ਪਰਾਂ। ਅੱਛਾ, ਤੇ ਬਾਰਡਰ ਕਿੰਨੀ ਦੂਰ ਸੀ ਤੁਹਾਡੇ ਤੋਂ? ਜਿਹੜਾ ਪਾਕਿਸਤਾਨ ਹਿੰਦੁਸਤਾਨ ਦਾ ਦਰਿਆ ਦਰਿਆ ਬਾਰਡਰ ਦਰਿਆ ਉਹਦਾ ਰਾਹਾਂ ਦੇ ਪਾਕਿਸਤਾਨ ਦਰਿਆ ਬਾਰਡਰ ਬਾਰਡਰ ਇਹੋ ਦਰਿਆ ਹੀ ਉੱਥੋਂ ਦਰਿਆ ਬਾਰਡਰ ਹੈ ਰਾਵੀ। ਤੇ ਸਾਡੇ ਵੱਡਿਆਂ ਦਾ ਤਾਂ ਪਿੰਡ ਦੂਰ ਸੀ, ਇਹ ਦੂਰ ਸੀ, ਇਹ ਤੇ ਦੂਰ ਸੀ, ਇਹ ਤੇ ਉੱਥੋਂ ਜਾਣਾ ਸੀ। ਇਹ ਤੇ ਕਾਟੀਆਂ ਨੂੰ 4-5 ਦਿਨ ਚਾਬੀਆਂ ਸੀ, ਉੱਥੇ ਆਏ ਉੱਥੋਂ ਫਿਰ ਦੇ ਖਾਲ ਇਸ ਉੱਥੋਂ ਦੂਰ। ਤੇ ਤੁਸੀਂ ਵੀ ਉਹ ਰਸੇ ਦੇ ਨਾਲ ਹੀ ਪਾਰ ਕੀਤਾ? ਤੁਹਾਨੂੰ ਵੀ ਪਾਰ ਰਸੇ ਨਾਲ? ਤੁਹਾਨੂੰ ਯਾਦ ਹੈ ਉਸ ਵੇਲੇ ਕਿਵੇਂ ਦਾ ਯਾਦ ਹੈ? ਡਰ ਲੱਗਦਾ ਸੀ? ਮੈਂ ਸ਼ੁਕਰ ਕਰਨਾ ਵਾ ਦੁਬਾਰਾ ਲੈ ਕੇ ਮੈਂ ਫਿਰ ਜਾਣਾ। ਅੱਛਾ, ਕੀ ਕਰ ਇਹ ਜਾਣ ਤੋਂ ਨਹੀਂ ਸ਼ੁਕਰ ਜੀ। ਅੱਛਾ, ਪਹਿਲਾ ਬਸ ਇਹ ਮਾਮਾ ਸਾਹਿਬ ਹੈ, ਉਹਨੇ ਚੱਲੇ ਮੈਨੂੰ ਆਖਿਆ ਦਫਾ ਉਹਨਾਂ ਦੇ ਨਹੀਂ ਚਲਾ ਗਏ ਵੀ ਮਾਂ ਗਿਆ ਤਾਂ ਮੈਂ ਕਿਹਾ ਦੇ ਲੈਣਾ ਮੈਂ ਬਾਹਰ ਪਾਰ ਜਾਂਦਾ ਤਾਂ ਖਤਮ ਸੀਗਾ। ਹਾਂ ਹਾਂ, ਉਹਨੇ ਦਬਕਾਇਆ ਮੈਨੂੰ ਚੱਲਣਾ ਕਿ ਤੁਸੀਂ ਕਹਾਂ। ਅੱਛਾ, ਕੋਈ ਹਜੇ ਬੰਦੇ ਹੋਰ ਵੀ ਜਿੰਦਾ ਹੈਗੇ ਜਿਹੜੇ ਦਰਸੇ ਦੇ ਨਾਲ ਪਾਰ ਹੋ ਕੇ ਆਏ ਆ? ਸਾਰੇ ਜੀ ਹਜੇ ਜਿੱਥੇ। ਕਿਹੜੇ ਕਿਹੜੇ ਬੰਦੇ ਪਿੰਡ ਦੇ ਹੈ ਜਿਹੜੇ ਹਜੇ ਜਿੰਦਾ, ਜਿਹੜੇ ਰਸੇ ਤੋਂ ਆਏ ਆ ਉਸ ਵੇਲੇ ਟੱਪ ਕੇ? ਸਾਡੇ ਹਾਣੀ ਬਏ ਸਾਰੇ ਹੀ ਉਸੇ ਨਾਲ ਸੀ। ਉਹਨਾਂ ਦੇ ਨਾਂ ਕਿਹੜੇ, ਕੀ ਕੀ ਨਾਂ ਉਹਨਾਂ ਦੇ ਜਿਹੜੇ ਜੀਂਦੇ ਹੁਣ? ਜੀਦਾ ਤੇ ਇੱਕ ਸਿੱਖਾ ਵਾ, ਇੱਕ ਸਿੱਖਾ ਵਾ, ਉਹ ਹੋ ਗਈ। ਅੱਛਾ, ਸਾਡੇ ਹਾਂਜੀ। ਇਹ ਜਿਹੜਾ ਤੁਸੀਂ ਆ ਮੱਥੇ ਤੇ ਚੰਦ ਤਾਰਾ ਬਣਵਾਇਆ, ਇਹ ਫਿਰ ਕਿੱਥੋਂ ਬਣਵਾਇਆ? ਇਹ ਬਣਾਇਆ ਜੀ, ਬੱਲੇ ਆਏ ਵਿਸਾਖੀ ਨੂੰ, ਉਹਦੇ ਜ਼ੋਰ ਵਿੱਚ ਭੁੱਲਦੇ ਹੁੰਦੇ ਹਨ ਤਾਂ ਉਹਦੀ ਵੀ ਫੇਰ ਲੈ ਲਈ। ਅੱਛਾ, ਸ਼ਕੀਨ ਸਾਨ? ਅੱਛਾ ਅੱਛਾ, ਸ਼ਕੀਨੀ ਵੀ ਹੰਡਾਈ ਹੈ ਤੇ ਵਿਆਹ ਇੱਧਰ ਆ ਕੇ ਹੋਇਆ ਕਿ ਉੱਥੇ ਹੋ ਗਿਆ ਸੀ ਵਿਆਹ ਇੱਧਰ ਆ? ਅੱਛਾ, ਉਹ ਕਿਹੜੇ ਪਿੰਡ ਦੇ? ਤੁਹਾਡੇ ਸਹੁਰੇ ਕਿਹੜੇ ਪਿੰਡ ਦੇ ਆ? ਪਿੰਡ ਦੇ ਹੀ ਆਪਣੇ ਮਾਮਾ ਹੀ ਸਾਡਾ। ਅਰਜੇ, ਕੀ ਨਾਮ ਪਿੰਡ ਦੱਸਿਆ ਤੁਸੀਂ? ਅਰਜੇ ਚੱਕ। ਅਰਜੇ ਚੱਕ ਦੇ, ਚੰਗਾ ਵੱਡਾ ਪਿੰਡ ਸੀ? ਨਾ ਨਿਗਾ ਜੀ, ਛੋਟਾ ਹੀ ਸੀ। ਆਹੋ, ਸਾਡਾ ਆਪਣਾ ਆਹੋ ਕੁੰਡਾ ਹੀ ਸੀ ਉੱਥੇ ਸਾਰਾ। ਅੱਛਾ, ਗੈਰ ਆਦਮੀ ਕੋਈ ਵੀ ਨਹੀਂ ਸੀ। ਅੱਛਾ ਅੱਛਾ, ਠੀਕ। ਤੇ ਫਿਰ ਸਹੁਰੇ ਤੁਹਾਡੇ ਵੀ ਪਿੰਡ ਦੇ ਸੀ? ਹੈ, ਠੀਕ ਆ। ਚਲੋ ਜੀ, ਅਮਨ ਅਮਾਨ ਨਾਲ ਹੁਣ ਦਿਲ ਕਰਦਾ ਵੀ ਦੁਬਾਰਾ ਉੱਥੇ ਆਪਣੇ ਪਿੰਡ ਚ ਆਈਏ ਤੇ ਦੇਖ ਕੇ ਆਵਾਂ। ਦਿਲ ਚ ਬੜਾ ਕਰਦਾ ਜੇ ਸਹੀ ਪੁੱਛੇ ਤੇ ਰਾਤੀ ਸਾਫ ਸੁਣਾ ਗਿਆ। ਰਾਤ ਰਾਤੀ ਸੁਪਨੇ ਜੀ ਪਿੰਡ ਆਪਣਾ ਆਇਆ ਭੈਣ ਦੇ ਬਾਬਾ ਵੇਖਣ ਨੇ ਜਾ। ਤੇ ਅੱਗੇ ਵੀ ਕਦੀ ਏਦਾਂ ਪਿੰਡ ਆਇਆ ਸੁਪਨੇ? ਅੱਗੇ ਵੀ ਆਇਆ, ਰਾਤੀ ਆਇਆ। ਰਾਤੀ ਆਇਆ, ਰਾਤੀ ਵੇਖੋ, ਅਸੀਂ ਅਗਲੇ ਦਿਨ ਤੁਹਾਡੇ ਕੋਲ ਆ ਗਏ। ਅੱਛਾ, ਰਾਤੀ ਆਇਆ। ਇਹ ਹੁਣ ਤੁਹਾਡੇ ਜਿਹੜਾ ਨਾ ਪਿੰਡ ਦੀਆਂ ਉੱਥੇ ਜਿਹੜਾ ਪਿੰਡ ਹੈ ਅਰਜੇਪੁਰਾ, ਅਰਜੇ ਚੱਕ, ਹੁਣ ਇਨਸ਼ਾਅੱਲਾ ਤੁਹਾਡੀਆਂ ਗੱਲਾਂ ਉੱਥੇ ਵੀ ਪਹੁੰਚਣਗੀਆਂ। ਉੱਥੋਂ ਕੋਈ ਬੰਦਾ ਦੱਸੇਗਾ ਅਰਜੇ ਚੱਕ ਦੇ ਕੋਈ ਹਾਲ ਹਵਾਲ ਵੀ ਅੱਜ ਕੱਲ੍ਹ ਕਿਵੇਂ ਵੱਸਦਾ, ਪਤਾ ਲੱਗੇ ਇਹ ਲੱਗ ਜਾਏਗਾ ਥੋੜੇ ਦਿਨਾਂ 'ਚ ਹੀ ਲੱਗ ਜਾਏਗਾ। ਹਾਂਜੀ, ਤੇ ਫਿਰ ਜੇ ਕੋਈ ਪੂਰੀ ਜੇ ਕੋਈ ਉੱਥੇ ਹੋਇਆ ਵੀ ਸਿਦਕ ਰੱਖਣ ਵਾਲਾ, ਮੁਹੱਬਤ ਰੱਖਣ ਵਾਲਾ, ਤੇ ਫਿਰ ਉਹਦੇ ਨਾਲ ਗੱਲ ਵੀ ਕਰਾਂਗੇ ਵੀ ਕਿਵੇਂ ਵੀ ਆ ਸਕਦੇ ਹਾਂ ਅਸੀਂ ਆਪਣਾ ਪਿੰਡ ਕਿਵੇਂ ਵੇਖ ਸਕਦੇ ਹਾਂ। ਸਾਡੇ ਪਿੰਡ ਵਿੱਚ ਤਾਂ ਫਿਰ ਹੈ ਹੀ ਕੋਈ, 2-3 ਵਾਰਾਂ ਗਿਆ ਉੱਥੇ ਹਿੰਦੁਸਤਾਨ ਹੋ ਗਿਆ। ਤੂੰ? ਹਾਂਜੀ, ਮੈਂ 2 ਵਾਰੀ ਗਿਆ।
ਅਰਜੇ ਜਾ ਕਰੀ ਗਿਆ ਨਹੀਂ ਉੱਥੇ ਨਹੀਂ ਗਿਆ ਹੁਣ ਹੁਣ ਰੱਬ ਸਵਾਬ ਲਾਏਗਾ ਤੇ ਜਾਵਾਂ ਉਹ ਜਾਣੀ ਦਰਾਂਗਾ ਲਾ ਕੇ ਸ਼ਹਿਰ ਹੀ ਸਾਡਾ ਦਰਾਂਗਾ 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 ਤੇ ਉਹਦੇ ਲਾਗੇ ਪਿੰਡ ਹੀ ਸਾਡਾ ਨਾਗੇ ਪਿੰਡ ਹੈ ਉਬਰਪੁਰ ਰੰਗੜਾ ਦਾ ਉਬਰਪੁਰ ਸਹੀਦਾਂ ਦਾ ਅੱਛਾ ਰੌਲ ਪਿੰਡੀ ਧੂਤ ਦਬੋਲੀ ਇਹ ਸਾਡੇ ਨਾਲ ਲਾਗੇ ਪਿੰਡ ਤੁਸੀਂ ਲਾਗੇ ਲਾਗੇ ਪਿੰਡਾਂ ਚ ਕਿਤੇ ਬਾਜ਼ਾਰ ਹੋਵੇ ਗਏ ਹੋਵੋ ਆਲੇ ਦੁਆਲੇ ਕੋਈ ਛਿੰਝ ਪਈ ਹੋਵੇ ਗਏ ਹਾਂ ਕੌਡੀ ਖੇਡਦੇ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਚ ਗਏ ਹਰ ਪਿੰਡ ਚ ਮੇਲਾ ਹੁੰਦਾ ਸੀ ਅੱਛਾ ਆਪ ਵੀ ਉਦੋਂ ਖੇਡ ਲੈਂਦੇ ਸੀ ਤੁਸੀਂ ਕੌਡੀ ਆਪਣੇ ਹਾਣੀਆਂ ਨਾ ਅੱਛਾ ਕੁਝ ਕਿਸੇ ਸਿੱਖ ਹਿੰਦੂ ਦਾ ਕੋਈ ਨਾਮ ਬੜਾ ਹੋਵੇ ਉਸ ਵੇਲੇ ਕੌਡੀ ਚ ਘੋਲ ਚ ਯਾਦ ਹੈ ਕਿਹੜਾ ਸੇਖਾ ਲਾਗੇ ਸਾਡੇ ਸੇਖਾ ਸਿੱਖਾਂ ਦਾ ਸੇਖਾ ਸੇਖਾ ਹਾਂ ਹਾਂ ਸਦਾ ਸੇਖਾ ਸਦਾ ਬਠਾਣਾ ਦਾ ਸੀ ਅੱਛਾ ਤੇ ਸੇਖਾ ਨਾਲ ਸਿੱਖਾਂ ਨਾਲ ਅੱਛਾ ਉੱਥੇ ਕੋਈ ਬੱਚੋ ਬੱਚੋ ਹੁੰਦਾ ਸੀ ਸਿੱਖ ਬੱਚੋ ਬੱਚੋ ਉਹਦਾ ਨਾਮ ਬਚਨ ਸਿੰਘ ਸੀ ਨਾ ਬਚਨ ਸਿੰਘ ਬੱਚੋ ਆਖਦੇ ਹੁੰਦੇ ਆ ਅੱਛਾ ਇੱਕ ਉਹ ਹੁੰਦਾ ਸੀ ਉਹ ਕੌਡੀ ਛੋਡੀ ਖੇਡਦਾ ਸੀ ਇੱਕ ਦਾ ਨਾਮ ਪਿਆਰ ਸਿੰਘ ਸੀ ਪਿਆਰੀ ਪਿਆਰੀ ਜਾਂਦੇ ਬੜੇਲਵਾਲ ਸੀ ਤੁਹਾਡੇ ਪਿੰਡ ਵੀ ਆਉਂਦੇ ਜਾਂਦੇ ਸੀ ਕੋਈ ਇਹ ਦੱਸੋ ਵੀ ਤੁਹਾਡੇ ਪਿੰਡ ਚ ਕੋਈ ਕਬਰਸਤਾਨ ਚ ਜਾਂ ਹਟਵੀਂ ਕੋਈ ਮਜ਼ਾਰ ਕੋਈ ਪੱਕੀ ਕਬਰ ਵੀ ਹੈ ਸੀ ਕਬਰਾਂ ਦੋ ਸੀ ਪੱਕੀਆਂ ਨਹੀਂ ਬਜ਼ੁਰਗਾਂ ਦੀਆਂ ਸਾਡੇ ਦੇ ਅਹਮ ਪਿੰਡ ਦੇ ਨਾਲ ਬਾਲ ਸੀ ਸਾਡੇ ਆਪਣੇ ਅੱਛਾ ਉਹਦੇ ਸੀ ਉਹਨੂੰ ਆਉਂਦੇ ਸੀ ਬਾਬਾ ਗਰੀਬ ਸ਼ਾਹ ਬਾਬਾ ਵਫਾਤ ਪਾ ਗਿਆ ਅੱਛਾ ਪਹਿਲੇ ਲੱਗੇ ਉਹਦੀ ਕਬਰ ਸੀ ਤੇ ਆਮ ਮਸੀਤ ਦੇ ਨਾਲ ਬਾਬੇ ਹਫ਼ਤੇ ਚੱਲ ਮਨਾਉਂਦੇ ਹੁੰਦੇ ਅੱਛਾ ਤੇ ਦੋ ਕਬਰ ਤੇ ਉਹਨਾਂ ਦੇ ਕੋਈ ਲੱਗਦਾ ਸੀ ਮੇਲਾ ਸ਼ੇਲਾ ਕੋਈ ਖਤਮ ਕੋਈ ਕੁਆਲੀ ਨਹੀਂ ਉੱਥੇ ਮੇਲਾ ਕੋਈ ਵੀ ਨਹੀਂ ਕਰਾਉਂਦਾ ਹੁੰਦਾ ਨੀ ਵੈਸੇ ਮੰਨਦੇ ਸੀ ਉਹਨਾਂ ਨੂੰ ਆਹੋ ਬਜ਼ੁਰਗ ਸੀ ਜੇ ਸਭ ਮੰਨ ਲਿਆ ਚਾਦਰ ਸ਼ਾਦਰ ਚੜ੍ਹਾਈ ਹੁੰਦੀ ਸੀ ਕਬਰਾਂ ਫਿਰ ਚਾਦਰ ਨਹੀਂ ਸੀ ਕਬਰ ਅੱਛਾ ਖੂਹ ਪਿੰਡ ਚ ਹੈ ਸੀ ਖੂਹ ਹੈ ਮਸਜਿਦ ਪੱਕੀ ਹੈ ਸੀ ਪੱਕੀ ਮਸਜਿਦ ਸੀ ਬਾਬਾ ਜਿੱਥੇ ਹਫ਼ਤੇ ਚਾਹ ਸੀ ਨਾ ਹਾਂ ਉਹਦੇ ਨਾਲ ਹੀ ਸੀ ਹਾਂ ਮਸੀਤ ਬਣ ਗਈ ਉਹ ਗੁਰਦੁਆਰਾ ਹਾਂ ਹਾਂ ਤੇ ਖੂਹ ਉਹਦਾ ਸਾਡੇ ਹੈ ਸੀ ਬਾਗ ਵਿੱਚ ਵੀ ਖੂਹ ਸੀ ਉਹ ਸਾਡਾ ਆਪਣੇ ਘਰਾਂ ਦਾ ਸੀ ਹਾਂ ਇੱਕ ਘਰ ਸੀ ਜੱਟਾਂ ਦਾ ਲੰਗੋ ਅੱਛਾ ਲੰਬੜਦਾਰ ਸੀ ਤੁਹਾਡੀ ਬਰਾਦਰੀ ਦਾ ਸੀ ਲੰਗੜਾ ਜੀ ਉਹ ਜੱਟ ਕਿਹੜੇ ਨਾ ਨਵੀਂ ਬੰਸ ਸੀ ਤੇ ਡੱਬੋ ਨਾ ਬੋਲ ਉਹ ਕਿੱਥੇ ਬੈਠੇ ਹੁਣ ਉਹ ਲੈ ਲਓ ਅੱਛਾ ਇੱਕ ਉਹਨਾਂ ਦਾ ਖੂਹ ਸੀ ਆਉਂ ਕਰਦੇ ਨਾਲ ਪਿੰਡ ਦੇ ਲਾਗੇ ਹਾਂ ਵਾਹਣ ਵਾਲੇ ਖੂਹ ਹਾਂ ਹਾਂ ਉਹ ਪਾਣੀ ਵਾਲੇ ਵੀ ਦੋ ਹੈ ਜੀ ਖੂਹ ਠੀਕ ਤੇ ਜਿਹੜਾ ਸਾਡੀ ਆਪਣੀ ਹਵੇਲੀ ਵਿੱਚ ਖੂਹ ਸੀ ਹਾਂ ਹਾਂ ਪਾਣੀ ਭਰਨਾ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ ਮੇਰਾ ਉਹ ਮੁਨਸ਼ੀ ਮੁਨਸ਼ੀ ਤੇ ਦਾਦੇ ਦਾ ਕੀ ਨਾਂ ਸੀ ਅਜੀਬ ਨਾਂ ਠੀਕ ਠੀਕ ਹੈ